ਕੋ ਫਿਰ ਤੋਂ ਆਪਾਂ ਸਿੱਖ ਤੇ ਨਹੀਂ ਹੋਏ ਨਾ। ਹੁਣ ਪਹਿਲਾਂ ਕੰਮ ਜਿੰਨੇ ਸੁਣ ਰਹੇ ਹੋ, ਸਵੇਰੇ ਮੋਬਾਈਲ ਨਹੀਂ ਚੁੱਕਣਾ ਉੱਠਣਾ, ਅਲਾਰਮ ਕਰਕੇ ਬੰਦ ਜੇ ਕਿਸੇ ਨੇ ਲਾਇਆ ਹੋਵੇ, ਅੱਗੇ ਨਹੀਂ ਦੇਖਣਾ ਉਹਦੇ 'ਚ ਕੀ ਆਇਆ। ਪਹਿਲੀ ਗੱਲ ਤੇ ਇਹ ਸੁਖੀ ਤੇ ਤੰਦਰੁਸਤ ਰਹਿਣਾ, ਸੌਣ ਲੱਗਿਆ ਨੈੱਟ ਬੰਦ ਕਰ ਦਿਆ ਕਰੋ। ਕਈ ਤਾਂ ਕਰਦੇ ਨਹੀਂ, ਉਹਨਾਂ ਦਾ ਰੋ ਰੋ ਕੇ ਆਪੇ 12 ਵਜੇ ਹੋ ਜਾਂਦਾ, ਮੁੱਕ ਜਾਂਦਾ ਹੈ ਵਿਚਾਰਾ, ਉਹ ਕੀ ਕਰੇ, ਬੈਟਰੀਆਂ ਮੁੱਕ ਜਾਂਦੀਆਂ। ਤੁਹਾਨੂੰ ਬੇਨਤੀ ਹੈ ਹੱਥ ਬੰਨ ਕੇ ਜੇ ਘਰਾਂ 'ਚ ਸੁੱਖ ਚਾਹੁੰਦੇ ਹੋ। ਪਾਤਸ਼ਾਹ ਨੇ ਕਿਹਾ ਸਿਮਰੋ ਸਿਮਰ ਸਿਮਰ ਸੁਖ ਪੜੋ ਜੀ, ਸਿਮਰੋ ਸਿਮਰ ਕੱਲ ਕਲੇਸ਼ ਤਨ ਮੈਂ ਮਿਟਾਵੋ। ਫਿਰ ਪਹਿਲਾ ਕੰਮ ਗੁਰ ਸਤਿਗੁਰ ਕਾਜੋ ਸਿੱਖ ਖਾਏ ਸੋ ਭਲਕੇ ਉੱਠ ਹਰ। ਧਿਆ ਲਓਗੇ 5-10-20 ਵਾਰ ਉੱਠਦੇ ਆ, ਸਾਰ ਕਹਿ ਦੋਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਹੋਗੇ ਹੱਥ ਖੜੇ ਕਰਕੇ ਜਗਾਰਾ ਛੱਡੋ, ਵਾਹ ਵਾਹ ਵਾਹ। ਇਹਦਾ ਲਾਭ ਤੁਹਾਨੂੰ ਹੀ ਹੋਣਾ ਹੈ। 1 ਮਹੀਨੇ ਬਾਅਦ ਹੋਣ ਲੱਗ ਪੈਣਾ, ਨਾ ਹੋਇਆ ਤਾਂ ਮੇਤੋਂ ਪੁੱਛ ਲਓ, ਹੋਏਗਾ ਜ਼ਰੂਰ ਤੁਹਾਨੂੰ। ਪਰ 1 ਮਹੀਨਾ ਲਗਾਤਾਰ ਦਵਾਈ ਤਾਂ ਸੱਜਣੋ ਕੋਈ ਵੀ ਵਿੱਚ ਛੱਡ ਕੇ ਖਾਈ ਜਾਓ, ਉਹਦਾ ਅਸਰ ਨਹੀਂ ਹੁੰਦਾ। 1 ਦਿਨ ਖਾ ਲਓ, 2 ਦਿਨ ਨਾਗੇ ਪਾ ਲਓ, ਦਵਾਈ ਵੀ ਨਹੀਂ ਅਸਰ ਕਰਦੀ। ਇਹ ਤੇ ਰੱਬ ਦਾ ਨਾਮ ਹੈ, ਇਹ ਕਿਣਕਾ ਮਾਤਰ ਵੀ ਵਿਅਰਥ ਨਹੀਂ ਜਾਣਾ ਜਪਿਆ। ਪਰ ਰੋਜ਼ ਲਗਾਤਾਰ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਪੜੋ ਸੋ ਭਲਕੇ ਉੱਠ ਹਰ। ਫਿਰ ਉਹ ਤੋਂ ਬਾਅਦ ਸੌ ਨਾ ਜਾਇਓ, ਕਿਉਂ ਜਦੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਨੀਂਦ ਬੜੀ ਗੂੜੀ ਆਉਣੀ ਹੈ। ਪਾਤਸ਼ਾਹ ਨੇ ਕਿਹਾ ਉਦਮ ਕਰੇ ਬਲਕੇ ਪ੍ਰਭਾਤੀ, ਲੋਕ ਸੁੱਤੇ ਹੋਣ ਤੂੰ ਇਸ਼ਨਾਨ ਕਰਨ ਚੱਲ ਜਾਈ। ਉਦਮ ਕਰੇ ਬਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਲੋਕਾਂ ਦੇ ਸੁੱਤਿਆਂ ਸੁੱਤਿਆਂ ਘਰ ਨਹਾ ਲਈ, ਵਾਹਿਗੁਰੂ ਕਹਿ ਕੇ ਬਾਣੀ ਪੜ੍ਹਨੀ, ਸਮਝ ਤੇਰਾ ਅੰਮ੍ਰਿਤਸਰ ਇਸ਼ਨਾਨ ਹੋ ਗਿਆ। ਆਖੋ ਸਤਨਾਮ ਸ੍ਰੀ, ਸਤ ਸੰਗਤ ਦਾ ਇਸ਼ਨਾਨ ਕਰੀ ਉੱਠ ਕੇ। ਮਹਾਰਾਜ ਫਿਰ ਕੀ ਇਹਦਾ ਰਿਜ਼ਲਟ ਕੀ ਨਿਕਲਣਾ? ਕਹਿੰਦੇ ਜਦੋਂ ਲਗਾਤਾਰ ਕੀਤਾ ਕੰਮ ਤਾਂ ਪਾਤਸ਼ਾਹ ਨੇ ਕਿਹਾ ਸਭ ਕਿਲ ਵਿਖ ਦੋਖ ਪਾਪ ਲੈ ਜਾਵੇ। ਪਿਛਲੇ ਪਾਪ ਵੀ ਲੈ ਜਾਣੇ, ਕਿਲ ਵਿਖ ਵੀ ਉਤਰ ਜਾਣੇ, ਦੁੱਖ ਵੀ ਨਹੀਂ ਰਹਿਣੇ ਤੇ ਤੇਰੇ ਵਹਿਮ ਭਰਮ ਵੀ ਮਿਟ ਜਾਣੇ। ਫਿਰ ਸਿੱਖੋ, ਤੁਹਾਡਾ ਫਾਇਦਾ ਪਤਾ ਕੀ ਹੋਣਾ?